ਵਾਲੇਕੁਮ ਜੀ ਪੀ ਫਾਰ ਪਿੰਡੂ ਚੈਨਲ ਤੁਹਾਡਾ ਵੈਲਕਮ ਕਰਦੇ ਹਾਂ। ਉਮੀਦ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਣਗੇ। ਅਤੇ ਵੀਡੀਓ ਦਾ ਵਾਕਿਆ ਬਾਈਕ ਅੱਜ ਦਾ ਆਗਾਜ਼ ਕਰਦੇ ਹਾਂ। ਅਸੀਂ ਅੱਜ ਭੱਠੇ 'ਤੇ ਆਏ ਹਾਂ। ਅਸੀਂ ਤੁਹਾਨੂੰ ਅੱਜ ਦਿਖਾਵਾਂਗੇ ਇੱਟਾਂ ਵਗੈਰਾ ਕਿਵੇਂ ਤਿਆਰ ਹੁੰਦੀਆਂ, ਮਿੱਟੀ ਤੋਂ ਲੈ ਕੇ ਇੱਟਾਂ ਕੱਚੀਆਂ, ਉਹ ਤੋਂ ਬਾਅਦ ਪ੍ਰੋਸੈਸ ਪੂਰਾ ਪੱਕਣ ਦਾ ਤੁਹਾਨੂੰ ਅਸੀਂ ਦਿਖਾਵਾਂਗੇ। ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਤੁਸੀਂ ਦੇਖ ਸਕਦੇ ਹਾਂ ਮਿੱਟੀ ਵਗੈਰਾ, ਉਹ ਸਿਰੇ ਤੋਂ ਸਿਰੇ ਤੱਕ ਮਿੱਟੀ ਆਈ ਪਈ ਹੈ। ਅਤੇ ਹੁਣ ਮਿੱਟੀ ਤੋਂ ਫਿਰ ਇਹ ਗਾਰਾ ਤਿਆਰ ਕਰਦੇ ਹਾਂ, ਨਾਲ ਬੜੇ ਪਾਣੀ ਆ। ਪਾਣੀ ਤੋਂ ਫਿਰ ਬਾਲਟੀਆਂ ਨਾਲ ਝੱਟ ਕੇ ਇਹਨਾਂ ਦੇ ਕਹਿਣ ਦੇ ਮੁਤਾਬਿਕ ਇਹ ਗਾਰਾ ਵਗੈਰਾ ਇੱਥੇ ਤਿਆਰ ਕਰਦੇ ਨੇ। ਇਹ ਇੱਕ ਦਿਨ ਪਿਆ ਰਹਿੰਦਾ, ਉਹ ਤੋਂ ਬਾਅਦ ਇਹੋ ਜਿਹਾ ਗਾਰਾ ਤਿਆਰ ਹੁੰਦਾ। ਫਿਰ ਉਹ ਤੁਸੀਂ ਦੇਖਦੇ ਆ ਦੋ ਰੇੜੇ ਇਹਨਾਂ ਨੇ ਦਸਤੀ ਬਣਾਏ ਆ। ਇਹ ਰੇੜੇ 'ਤੇ ਫਿਰ ਇਹ ਗਾਰਾ ਵਗੈਰਾ ਲੱਦ ਕੇ ਨਾ ਫਿਰ ਉੱਥੇ ਲੈ ਕੇ ਜਾਂਦੇ ਨੇ। ਉਹ ਤੁਸੀਂ ਕੈਮਰਾਮੈਨ ਅਗਰ ਤੁਹਾਨੂੰ ਦਿਖਾ ਸਕੇ, ਉੱਥੇ ਗਾਰਾ ਲੈ ਕੇ ਜਾਂਦੇ ਨੇ, ਲੈ ਕੇ ਜਾ ਰਿਹਾ। ਗਾਰਾ ਇਹਨਾਂ ਨੇ ਇੱਥੇ ਸਿੱਟ ਲਿਆ, ਹੁਣ ਇਹ ਤੋਂ ਬਾਅਦ ਇਹ ਥੱਪਣਗੇ, ਥੱਪ ਕੇ ਦਿਖਾਉਣਗੇ ਤੁਹਾਨੂੰ ਭਾਈ ਕਿਵੇਂ ਥੱਪ ਰਹੇ ਨੇ। ਕੈਮਰਾਮੈਨ ਇੱਧਰ ਅੱਗੇ ਕਿੱਧਰ ਦਿਖਾਓ। ਡਿਜ਼ਾਈਨ ਵਗੈਰਾ ਵੀ ਤੁਸੀਂ ਦੇਖ ਸਕਦੇ ਇੱਟ ਦਾ, ਕਿੰਨਾ ਪਿਆਰਾ ਡਿਜ਼ਾਈਨ ਬਣ ਰਿਹਾ ਇੱਟ ਦਾ। ਤੁਸੀਂ ਹੁਣ ਦੇਖ ਸਕਦੇ ਹਾਂ ਇੱਟ ਤਿਆਰ ਹੋ ਰਹੀ ਹੈ ਮਾਸ਼ਾਅੱਲਾ। ਉਸਤਾਦ ਜੀ ਕਿੰਨੇ ਦਿਨ ਲੱਗ ਜਾਂਦੇ ਨੇ ਇਹਨੂੰ ਸੁੱਕਣ ਵਗੈਰਾ 'ਤੇ? 4-5 ਦਿਨਾਂ 'ਚ ਇਹ ਇੱਟ ਸੁੱਕਦੀ ਹੈ। ਇੱਟ ਐਵੇਂ ਤਿਆਰ ਕਰ ਰੱਖ ਦਿੰਦੇ ਨੇ, ਫਿਰ 4-5 ਦਿਨਾਂ ਤੱਕ ਸੁੱਕ ਜਾਂਦੀ ਹੈ। ਫਿਰ ਉਹ ਤੁਹਾਨੂੰ ਅੱਗੇ ਨਜ਼ਰ ਕੈਮਰਾਮੈਨ ਦਿਖਾ ਦੇਗਾ, ਉਹ ਨਜ਼ਰ ਆ ਰਹੀ ਇਹਨਾਂ ਨੇ ਫਿਰ ਚਿਣ ਕੇ ਐਵੇਂ ਰੱਖ ਦੇਣੀ ਆ। ਉਹ ਤੋਂ ਬਾਅਦ ਰੇੜੇ ਵਾਲਾ ਆਏਗਾ, ਸਪੈਸ਼ਲ ਇੱਟ ਚੱਕ ਕੇ ਲੈ ਕੇ ਜਾਏਗਾ। ਫਿਰ ਅੱਗੇ ਜਿੱਥੇ ਇੱਟ ਪਹੁੰਚਦੀ ਆ ਤੁਹਾਨੂੰ ਦਿਖਾਵਾਂਗੇ ਇੱਟ ਕਿਹੜੀ ਜਗ੍ਹਾ ਕਿਵੇਂ ਪਹੁੰਚਦੀ ਆ, ਕਿਵੇਂ ਰੱਖਦੇ ਨੇ ਅਤੇ ਕਿਵੇਂ ਅੱਗੇ ਪਕਾਈ ਦਾ ਪ੍ਰੋਸੈਸ ਹੈ। ਹਾਂਜੀ, ਜਿਵੇਂ ਅਸੀਂ ਉੱਥੇ ਦੇਖਿਆ ਗਾਰਾ ਵਗੈਰਾ ਇੱਟ ਵਗੈਰਾ ਤਿਆਰ ਹੁੰਦੀਆਂ, ਉਹ ਤੋਂ ਬਾਅਦ ਰੇੜੇ 'ਤੇ ਉੱਥੋਂ ਆਉਂਦੀਆਂ ਨੇ ਇੱਟਾਂ। ਕੈਮਰਾਮੈਨ ਤੁਹਾਨੂੰ ਦਿਖਾ ਰਿਹਾ ਉੱਥੋਂ ਇੱਟਾਂ ਵਗੈਰਾ ਰੇੜੇ 'ਤੇ ਆ ਕੇ, ਕੈਮਰਾਮੈਨ ਵਾਪਸ ਲੈ ਕੇ ਆਓ। ਉੱਥੋਂ ਇੱਟਾਂ ਰੇੜੇ 'ਤੇ ਆ ਕੇ ਜਿੰਨੀਆਂ ਉਹਨਾਂ ਨੂੰ ਜ਼ਰੂਰਤ ਹੁੰਦੀ ਆ ਉਹਨਾਂ ਲਿਆ ਕੇ ਨਾ ਇੱਥੇ ਚੜਾਈ ਕਰਦੇ ਨੇ ਆ ਕੇ। ਇੱਥੇ ਚੜਾਈ ਕਰਕੇ ਫਿਰ ਉਹ ਲੈ ਕੇ ਜਾਂਦੇ ਨੇ ਭੱਠੇ ਦੇ ਵਿੱਚ, ਠੀਕ ਹੈ। ਔਰ ਆਹ ਤੁਹਾਨੂੰ ਕੂੜਾ ਵਗੈਰਾ ਨਜ਼ਰ ਆ ਰਿਹਾ, ਕੈਮਰਾਮੈਨ ਦਿਖਾਇਆ ਤਾਂ ਆਹ ਕੂੜਾ ਵਗੈਰਾ ਤੁਹਾਨੂੰ ਨਜ਼ਰ ਆ ਰਿਹਾ। ਇਹ ਕੂੜੇ ਵਗੈਰਾ ਨਾਲ ਇੱਟਾਂ ਵਗੈਰਾ ਸਾਰੀਆਂ ਪੱਕਦੀਆਂ ਨੇ। ਆ ਜਾਓ ਹੁਣ ਅੱਗੇ ਚੱਲਦੇ ਹਾਂ, ਇੱਟਾਂ ਜਿੱਥੇ ਅੰਦਰ ਭੱਠੇ ਦੇ ਵਿੱਚ ਲੈ ਕੇ ਜਾਂਦੇ ਆ ਉਹ ਜਗ੍ਹਾ ਤੁਹਾਨੂੰ ਦਿਖਾ ਲਦੇ ਹਾਂ। ਅਤੇ ਉੱਥੇ ਕਿਵੇਂ ਇੱਟਾਂ ਵਗੈਰਾ ਚਣਾਈ ਵਗੈਰਾ ਕਿਵੇਂ ਹੁੰਦੀ ਹੈ ਉੱਥੇ ਜਾ ਕੇ, ਉੱਥੇ ਵੀ ਇੱਕ ਪ੍ਰੋਪਰ ਚਣਾਈ ਹੁੰਦੀ ਆ ਜਿਹਦੇ ਵਿੱਚ ਮਤਲਬ ਕੂੜਾ ਵਗੈਰਾ ਵੀ ਸਾਫ਼ ਸਾਰਾ ਇਹਨਾਂ ਨੇ ਉੱਪਰੋਂ ਸਿੱਟਣਾ ਹੁੰਦਾ, ਅਤੇ ਉੱਥੋਂ ਅੱਗ ਵਗੈਰਾ ਵੀ ਲਾਉਣੀ ਹੁੰਦੀ ਆ, ਉਹ ਵੀ ਇੱਕ ਪ੍ਰੋਪਰ ਤਰੀਕਾ ਹੁੰਦਾ। ਹੁਣ ਤੁਹਾਨੂੰ ਦਿਖਾ ਲਦੇ ਹਾਂ ਆਹ ਰਸਤਾ, ਬੇਸਿਕਲੀ ਜਿੱਥੋਂ ਰੇੜੇ ਵਗੈਰਾ ਇੱਟਾਂ ਲੈ ਕੇ ਕੱਚੀਆਂ ਇੱਟਾਂ ਲੈ ਕੇ ਆਉਂਦੇ ਨੇ, ਇੱਥੋਂ ਲਿਆ ਕੇ ਅੱਗੇ ਚਣਾਈ ਜਿੱਥੇ ਕਰਦੇ ਨੇ ਉਹ ਜਗ੍ਹਾ ਤੁਹਾਨੂੰ ਦਿਖਾ ਲਦਾ ਮੈਂ। ਉੱਥੋਂ ਰੇੜੇ ਵਗੈਰਾ ਆਉਂਦੇ ਨੇ, ਰੇੜੇ ਆ ਕੇ ਇੱਥੇ ਆਹ ਇਹਨਾਂ ਦੀ ਪ੍ਰੋਪਰ ਇੱਕ ਤਰੀਕੇ ਨਾਲ ਚੜਾਈ ਵਗੈਰਾ ਹੁੰਦੀ ਹੈ, ਚੜਾਈ ਕਿਵੇਂ ਕਰਦੇ ਨੇ ਆਹ ਦੇਖ ਲਓ ਤੁਸੀਂ ਤਰੀਕਾ। ਕੈਮਰਾਮੈਨ ਤੁਹਾਨੂੰ ਨਜ਼ਦੀਕ ਹੋ ਕੇ ਦਿਖਾ ਸਕਦਾ ਆਈਟਾਂ ਵਗੈਰਾ ਕਿਵੇਂ ਲੱਗੀਆਂ ਨੇ, ਆਹ ਲੰਬੀਆਂ ਆਈਟਾਂ ਲੱਗੀਆਂ, ਇੱਧਰ ਲੰਬੀਆਂ ਲੱਗੀਆਂ, ਆਹ ਸਾਰਾ ਤਰੀਕਾ ਤੁਸੀਂ ਦੇਖ ਸਕਦੇ ਹਾਂ।
ਇਵੇਂ ਚੜਾਈ ਵਗੈਰਾ ਇਹਨਾਂ ਨੇ ਕਰਨੀ ਹੁੰਦੀ ਆ। ਫਿਰ ਉੱਤੋਂ ਇਹਨਾਂ ਨੇ ਪਾਉਣਾ ਹੁੰਦਾ ਕੂੜਾ ਜਿਹੜਾ ਤੁਹਾਨੂੰ ਬਾਹਰ ਦਿਖਾਇਆ, ਉੱਪਰੋਂ ਕੂੜਾ ਪਾ ਕੇ ਅਤੇ ਫਿਰ ਅੱਗ ਲਾਉਂਦੇ ਨੇ, ਸਪੈਸ਼ਲ ਅੱਗ ਲੱਗਦੀ ਹੈ, ਫਿਰ ਉਹਦੇ ਨਾਲ ਇੱਟਾਂ ਪੱਕਦੀਆਂ। ਹੁਣ ਇੱਟਾਂ ਪੱਕੀਆਂ ਤੁਹਾਨੂੰ ਦਿਖਾਉਂਦੇ ਹਾਂ ਇੱਟਾਂ ਪੱਕਦੀਆਂ ਕਿਵੇਂ। ਹੁਣ ਤੁਸੀਂ ਉਹ ਕੱਚੀ ਇੱਟਾਂ ਵੀ ਦੇਖ ਲਈਆਂ ਜਿਵੇਂ ਚਿਣਾਈ ਵਗੈਰਾ ਕੀਤੀ ਹੈ, ਹੁਣ ਆਹ ਪੱਕੀ ਇੱਟਾਂ ਤੁਹਾਨੂੰ ਦਿਖਾਉਂਦੇ ਹਾਂ। ਆਹ ਪੱਕੀ ਇੱਟਾਂ ਨੇ ਐਵੇਂ ਪੱਕ ਪੁੱਕ ਐਵੇਂ ਤਿਆਰ ਹੋਈਆਂ ਹੁੰਦੀਆਂ, ਫਿਰ ਇੱਥੋਂ ਟਰਾਲੀਆਂ ਵਗੈਰਾ 'ਤੇ ਰੇੜੇ ਵਗੈਰਾ 'ਤੇ ਲੱਦ ਕੇ ਲੈ ਕੇ ਜਾਂਦੇ ਆ। ਅੱਛਾ, ਮੈਂ ਤੁਹਾਨੂੰ ਇੱਕ ਇੱਥੇ ਜਿਹੜੇ ਆਪਣੇ ਇਲਾਕੇ ਦੇ ਨੇ, ਜ਼ਿਲ੍ਹਾ ਵਿਹਾੜੀ ਦੇ ਨੇ, ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਇਹਨਾਂ ਜਿਹੜਾ ਇਹ ਆ ਇਤਿਹਾਦ ਭੱਠਾ ਤਰਗੜ 'ਤੇ, ਠੀਕ ਹੈ। ਇਹ ਤਿੱਬਾ ਤੋਂ ਤਕਰੀਬਨ 7 ਕਿਲੋਮੀਟਰ ਪਿੱਛੇ ਆ ਦਕੋਟੇ ਵਾਲੀ ਸਾਈਡ 'ਤੇ, ਅਗਰ ਦਕੋਟੇ ਤੋਂ ਆਈ ਤਕਰੀਬਨ 7-8 ਕਿਲੋਮੀਟਰ ਜਾਂ 10 ਕਿਲੋਮੀਟਰ ਉੱਥੋਂ ਪੈਂਦਾ। ਅਤੇ ਇਹਨਾਂ ਦਾ ਰੇਟ ਵੀ ਬੜਾ ਮੁਨਾਸਿਬ ਆ, ਅਤੇ ਉਹ ਤੋਂ ਇਲਾਵਾ ਇਹਨਾਂ ਦੀ ਇੱਟ ਵੀ ਸਾਰਾ ਸਾਈਜ਼ ਵੀ ਬੜਾ ਜ਼ਬਰਦਸਤ ਹੈ, ਬੜਾ ਜ਼ਬਰਦਸਤ ਸਾਈਜ਼ ਆ ਇਹਨਾਂ ਦਾ। ਅਤੇ ਅਸੀਂ ਕਾਫੀ ਤਕਰੀਬਨ 15-20 ਭੱਠੇ ਫਿਰੇ ਹਾਂ, ਉਹ ਤੋਂ ਬਾਅਦ ਸਾਨੂੰ ਜ਼ਬਰਦਸਤ ਇੱਟ ਅਤੇ ਅੱਛੇ ਮਿਆਰ ਨਾਲ ਮਤਲਬ ਇੱਟ, ਅਤੇ ਉਹ ਤੋਂ ਬਾਅਦ ਰੇਟ ਵੀ ਅੱਛਾ ਮਿਲਿਆ ਇਹਨਾਂ ਸਾਨੂੰ। ਆਹ ਦੇਖੋ, ਮੈਂ ਤੁਹਾਨੂੰ ਦਿਖਾ ਸਕਦਾ ਇੱਟ ਵਗੈਰਾ, ਇੱਟ ਦੀ ਪਕਾਈ ਤੁਹਾਨੂੰ ਮੈਂ ਦਿਖਾਉਂਦਾ। ਆਹ ਦੇਖੋ ਕਿੰਨੀ ਜ਼ਬਰਦਸਤ ਆਵਾਜ਼ ਆ ਰਹੀ ਹੈ, ਠੀਕ ਹੈ। ਇੱਧਰ ਵੀ ਦੇਖ ਲਓ, ਬੜੀ ਜ਼ਬਰਦਸਤ ਆਵਾਜ਼ ਆ ਰਹੀ ਹੈ ਇਹਦੀ, ਇੱਟ ਬੜੀ ਜ਼ਬਰਦਸਤ ਹੈ। ਹਾਂਜੀ, ਗਰਮੀ ਵੀ ਬਹੁਤ ਜ਼ਿਆਦਾ, ਵਲੋਗ ਦਾ ਵੀ ਅਸੀਂ ਇਖਤਤਾਮ ਕਰਨਾ ਹੁਣ, ਹੁਣ ਸਾਨੂੰ ਦਿਓ ਇਜਾਜ਼ਤ, ਅਤੇ ਸਾਨੂੰ ਅਗਲੇ ਵਲੋਗ 'ਚ ਮਿਹਰਬਾਨੀ ਕਰਕੇ ਫਿਰ ਆਇਓ ਸਾਡੇ ਕੋਲ, ਸਾਡਾ ਚੈਨਲ ਵੀ ਸਬਸਕ੍ਰਾਈਬ ਕਰੋ, ਮਿਹਰਬਾਨੀ ਕਰੋ, ਅੱਗੇ ਵੀ ਸ਼ੇਅਰ ਕਰੋ। ਇੱਕ ਇੰਟਰਸਟਿੰਗ ਤੁਹਾਨੂੰ ਵੀਡੀਓਜ਼ ਵਗੈਰਾ ਦੇਖਣ ਨੂੰ ਮਿਲੂੰਗੀ ਇਨਸ਼ਾਅੱਲਾ, ਔਰ ਫਨੀ ਵੀਡੀਓਜ਼ ਵੀ ਮਿਲਣਗੀਆਂ ਕਾਫੀ, ਹੋਰ ਵੀ ਇੰਟਰਸਟਿੰਗ ਵੀਡੀਓਜ਼ ਮਿਲੂੰਗੀ, ਵਲੋਗ ਵਗੈਰਾ ਵੀ ਅੱਛੇ ਮਿਲਣਗੇ ਇਨਸ਼ਾਅੱਲਾ। ਤੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਲਾਈਕ ਸ਼ੇਅਰ ਕਰੋ, ਔਰ ਅੱਗੇ ਦੋਸਤਾਂ ਨਾਲ ਵੀ ਸ਼ੇਅਰ ਕਰਿਓ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਅੱਲਾ ਹਾਫਿਜ਼।